गल करन लगा गुरमुख प्यारे ओ भला किवें हुंदा है। जे सुन के मन्नांगे ते भला हुंदा है। जेड़े धर्मी बंदे दान पुन करन आले उन्हां दा तां भला होना ही होना। इत्थे तां महाराज दा नाम जप के सतपुरखां दे बचन सुन के वड्डे वड्डे पापी भी तर गए। आखो सतनाम श्री वाहिगुरु। पाकिस्तान दे विच सिंध प्रांत पिंड साहिबान उत्थे 1180 दे विच सदने दा जन्म होया। इहदे माता पिता बारे कोई बहुती जानकारी प्राप्त नहीं हो सकी, पर इन्ना क दस्या विद्वाना ने भी 1180 दे विच पिंड साहिबान सदने दा जन्म होया। हुण इहदे जिहड़े माता पिता सी ओह कसाई सी, बकरे वढ वढ के बेचने उन्हां दा धंधा सी। ते पिता ने कदे कदे कहना बई सदनिया हुण तू वड्डा हो गया, मेरे नाल दुकान ते चलिया कर, आ तोल तोल के मास दे ही चलिया कर। कुदरती है मिस्त्रियां दे बच्चे थौड़ियां चलाउणियां सिखी जांदे आ गुरमुख को। खेती दा काम जे कोई करदा उन्हां दे बच्चे देख देख उदां दे बन जांदे। हुण सदने दा पिता बकरे वढ वढ वेचदा सी ते बचपन तों सदने नूं उसे काम च पिता ने पाता। हुण पिता दे आखे लग के रोज़ दुकान ते जांदा है। हौली हौली काम सिख गया किवें बकरे वढ़ने है, किहड़ी चीज़ नूं किवें कट्टना है, किन्ना मास की रेट देना है, सारा पता लग गया। हुण पेशे तो कसाई है, पर जिहड़ी बिरती सी गुरमुख प्यारिओ ਉਹ ਸਾਧੂਆਂ ਸੰਤਾਂ ਨਾਲ ਜੁੜ ਗਈ। ਇਹ ਵੀ ਭਾਈ ਕਰਮ ਹੁੰਦੇ ਹੈ। ਜਿਹੇ ਜੇ ਬੰਦਾ ਕਰਮ ਕਰਦਾ ਉਹਨਾਂ ਦਾ ਫਲ ਉਹਨੂੰ ਭੋਗਣਾ ਪੈਂਦਾ। ਅਗਲੇ ਪਿਛਲੇ ਕਰਮ ਜੇ ਬਹੁਤੇ ਹੀ ਮਾੜੇ ਕਰਮ ਹੋਣ ਉਹ ਫਿਰ ਦੁੱਖ ਦਾ ਰੂਪ ਹੋ ਕੇ ਸਾਡੀ ਝੋਲੀ ਪੈਂਦੇ, ਅਤੇ ਜੇ ਗੁਰਮੁਖ ਪਿਆਰਿਓ ਬਹੁਤੇ ਚੰਗੇ ਕਰਮ ਹੋਣ ਫਿਰ ਸੁੱਖ ਦਾ ਰੂਪ ਹੋ ਕੇ ਸਾਡੀ ਝੋਲੀ ਪੈਂਦੇ। ਇੱਕ ਇੱਥੇ ਹੀ ਬੇਨਤੀ ਕਰਦੇ ਹਾਂ, ਲੱਕੜਾਂ ਦੇਖਦੇ ਹੋ ਨਾ, ਲੱਕੜਾਂ ਬੂਟੇ ਲਾਈ ਦੇ ਆ ਖੇਤਾਂ 'ਚ ਘਰਾਂ 'ਚ। ਜਦੋਂ ਬੂਟਾ ਪੈਦਾ ਹੁੰਦਾ ਉਦੋਂ ਤਾਂ ਸਿੱਧਾ ਹੀ ਪੈਦਾ ਹੁੰਦਾ ਹੈ, ਜਿਉਂ ਜਿਉਂ ਵੱਡਾ ਹੁੰਦਾ ਜਾਂਦਾ ਲੱਕੜ 'ਚ ਬਿੰਗ ਵਲ ਪੈਂਦੇ ਜਾਂਦੇ ਹੈ। ਜੇ ਤਾਂ ਹੁਣ ਬਿੰਗ ਵਲ ਥੋੜ੍ਹੇ, ਫਿਰ ਤਾਂ ਮਿਸਤਰੀ ਰੰਦਾ ਲਾ ਕੇ ਸਿੱਧਾ ਕਰ ਲੈਂਦੇ ਹੈ, ਪਰ ਜੇ ਬਹੁਤੀ ਬਿੰਗ ਤੜਿੰਗੀ ਹੋਵੇ ਲੱਕੜ ਫਿਰ ਉਹ ਸਿੱਧੀ ਨਹੀਂ ਕੀਤੀ ਜਾਂਦੀ, ਉਹ ਫਿਰ ਬਾਲਣ ਦੇ ਕੰਮ ਹੀ ਆਉਂਦੀ ਹੈ। ਅਤੇ ਜਿਹੜੀ ਲੱਕੜ ਸਿੱਧੀ ਹੋਵੇ ਉਹ ਕਿਸੇ ਨਾ ਕਿਸੇ ਘਰ ਦਾ ਸ਼ਿੰਗਾਰ ਬਣਦੀ ਹੈ, ਵਰਤੋਂ 'ਚ ਆ ਜਾਂਦੀ ਹੈ। ਇਸੇ ਤਰ੍ਹਾਂ ਜ਼ਿੰਦਗੀ ਹੈ ਪਿਆਰਿਓ, ਜਿਹੜੇ ਤਾਂ ਹੁਣ ਸਿੱਧੇ ਬਿੰਗ ਵਾਲ ਹੋਣ ਘੱਟ, ਉਹਨਾਂ ਦਾ ਤਾਂ ਸੰਸਾਰ ਵਿੱਚ ਵੀ ਸਤਿਕਾਰ ਹੁੰਦਾ। ਥੋੜ੍ਹੇ ਬਹੁਤੇ ਬਿੰਗ ਵਾਲ ਹੋਣ, ਥੋੜ੍ਹੇ ਬਹੁਤੇ ਮਾੜੇ ਕਰਮ ਹੋਣ, ਕੋਈ ਨਾ ਕੋਈ ਮਾਂ ਪਿਓ, ਕੋਈ ਸਾਧੂ ਸੰਤ ਮਹਾਤਮਾ, ਕੋਈ ਗੁਰੂ ਪੀਰ ਸੁਧਾਰ ਦਿੰਦਾ ਉਹਨੂੰ। ਪਰ ਜੇ ਬਹੁਤੇ ਹੀ ਮਾੜੇ ਕਰਮ ਹੋਣ ਤਾਂ ਗੁਰਮੁਖ ਪਿਆਰਿਓ ਕਈ ਵਾਰੀ ਰੱਬ ਵੀ ਨਹੀਂ ਬਖਸ਼ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਛ ਕਰਮ ਉਹ ਨੇ ਜਿਹੜੇ ਬਖਸ਼ੇ ਜਾਂਦੇ ਨੇ, ਅਤੇ ਕੁਛ ਕਰਮ ਉਹ ਨੇ ਭਾਈ ਜਿਨ੍ਹਾਂ ਨੂੰ ਰੱਬ ਵੀ ਮਾਫ ਨਹੀਂ ਕਰਦਾ। ਜਿਵੇਂ ਚੰਦਰਮਾ ਨੂੰ ਦਾਗ ਲੱਗਿਆ, ਦੇਖੋ ਅੱਜ ਤੱਕ ਉਹਨੂੰ ਮਾਫ ਨਹੀਂ ਕੀਤਾ ਗਿਆ ਗੁਰਮੁਖੋਂ। ਹੋਰ ਬਥੇਰਾ ਇਤਿਹਾਸ ਹੈ, ਮੈਂ ਇਸ ਪਾਸੇ ਨਾ ਜਾਵਾਂ। ਕਰਮਾਂ ਦੀ ਗੱਲ ਕਰਨ ਲੱਗਾ, ਆਪਣੇ ਕਰਮ ਚੰਗੇ ਕਰੋ। ਚੰਗਾ ਕਰਦਿਆਂ ਤੋਂ ਕੋਈ ਮਾੜਾ ਹੋ ਜੇ ਉਹ ਹੁੰਦੀ ਹੈ ਗਲਤੀ, ਉਹਦੀ ਮਾਫੀ ਮਿਲ ਜਾਂਦੀ ਹੈ। ਪਰ ਜੇ ਪਤਾ ਹੋਵੇ ਵੀ ਆਹ ਗਲਤ ਹੈ ਫਿਰ ਵੀ ਕਰੀ ਜਾਈਏ, ਫਿਰ ਮਾਫੀ ਨਹੀਂ ਮਿਲਦੀ, ਪਾਪ ਕਰਮ ਦਾ ਫਲ ਭੋਗਣਾ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਦਨੇ ਦਾ ਜ਼ਿਕਰ ਕਰ ਰਹੇ ਹਾਂ ਗੁਰਮੁਖੋ। ਸਦਨਾ ਜੀ ਨੇ ਪਿਤਾ ਦੇ ਨਾਲ ਦੁਕਾਨ 'ਤੇ ਜਾਣਾ, ਮਾਸ ਵੇਚਣ ਦਾ ਧੰਦਾ ਕਰਦਾ, ਬੱਕਰੇ ਵੱਢ ਵੱਢ ਵੇਚੀ ਜਾਣੇ। ਇੱਕ ਦਿਨ ਟੋਕਰਾ ਭਰਿਆ ਮਾਸ ਦਾ ਦੂਜੇ ਪਿੰਡ ਕਿਸੇ ਦੇ ਦੇਣ ਚੱਲਿਆ ਸੀ। ਸਿਰ 'ਤੇ ਟੋਕਰਾ ਮਾਸ ਦਾ,
ਤੁਰਿਆ ਜਾਂਦਾ ਪੱਗ ਡੰਡੀ ਰਾਹੀਂ। ਉਦੋਂ ਸੜਕਾਂ ਨਹੀਂ ਸੀ ਹੁੰਦੀਆਂ, ਪੱਗ ਡੰਡੀ ਰਾਹੀਂ ਤੁਰਿਆ ਜਾਂਦਾ ਹੈ ਅਤੇ ਰਸਤੇ ਦੇ ਵਿੱਚ ਸਾਧੂ ਮਹਾਤਮਾ ਬੈਠੇ, ਅੱਗੇ ਮੰਡਲੀਆਂ ਆਉਂਦੀਆਂ, ਸਾਧੂ ਇਕੱਠੇ ਹੋ ਕੇ ਆਉਂਦੇ। ਹੁਣ ਸਾਧੂ ਘੱਟ ਆਉਂਦੇ ਆ, ਗਾਉਣ ਵਾਲੀਆਂ ਵੱਧ ਆਉਂਦੀਆਂ ਗੁਰੂ, ਤਾਂ ਹੀ ਬੱਚੇ ਵਿਗੜ ਗਏ, ਉੱਦਾਂ ਦੇ ਹਾਲਾਤ ਬਣ ਗਏ। ਪਿਆਰਿਓ, ਸਾਧੂ ਮਹਾਤਮਾ ਦੀ ਮੰਡਲ ਮਨਾ ਮੇਰਿਆ ਜੈਸਾ ਬੀਜੇਗਾ ਵਟੇਗਾ, 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 ਮਨਾ ਮੇਰਿਆ ਫਲ ਤੇਰੇ ਕਰਮਾਂ ਦਾ, ਜੈਸਾ ਬੀਜੇਗਾ ਵਟੇਗਾ, ਮਨਾ ਮੇਰਿਆ ਫਲ ਤੇਰੇ ਕਰਮਾਂ ਦਾ, ਜੈਸਾ ਬੀਜੇਗਾ ਵਟੇਗਾ, ਮਨਾ ਮੇਰਿਆ ਫਲ ਤੇਰੇ ਕਰਮਾਂ ਦਾ, ਜੈਸਾ ਬੀਜੇਗਾ ਵਟੇਗਾ, ਮਨਾ ਮੇਰਿਆ ਫਲ ਤੇਰੇ ਕਰਮਾਂ ਦਾ। ਜਦੋਂ ਇਹ ਸੁਣਿਆ ਕੰਨਾਂ 'ਚ ਪਈ ਆਵਾਜ਼, ਕਹਿੰਦੇ ਪਿਛਲਾ ਕਰਮ ਕੋਈ ਸਾਧਨੇ ਦਾ ਪ੍ਰਗਟ ਹੋਇਆ, ਇਹਦਾ ਸਰੀਰ ਕੰਬ ਗਿਆ। ਗੁਰੂ ਮਾਸ ਦਾ ਟੋਕਰਾ ਡਿੱਗ ਪਿਆ, ਕਾਂ ਕੁੱਤੇ ਆ ਕੇ ਲੈ ਗਏ ਮਾਸ ਚੱਕ ਕੇ, ਅਤੇ ਸਾਧਨੇ ਨੂੰ ਥੋੜ੍ਹੀ ਜਿਹੀ ਹੋਸ਼ ਆਈ, ਸਾਧੂਆਂ ਦੀ ਸੰਗਤ ਵਿੱਚ ਚੱਲਿਆ ਗਿਆ। ਦਰਸ਼ਨ ਕਰਕੇ ਆਤਮਾ ਹੋ ਗਈ ਪਵਿੱਤਰ, ਸਾਧੂਆਂ ਨੇ ਦੱਸਿਆ ਭਾਈ ਇਨਸਾਨ ਸੰਸਾਰ ਦੇ ਉੱਤੇ ਪਰਮਾਤਮਾ ਦਾ ਭਜਨ ਕਰਨ ਵਾਸਤੇ ਆਇਆ, ਜੇ ਕਿਰਤ ਦੇ ਨਾਲ ਨਾਲ ਭਜਨ ਕਰੇ ਤਾਂ ਇਹਦੀ ਕਦਰ ਪੈਂਦੀ ਹੈ, ਅਤੇ ਨਹੀਂ ਤਾਂ ਫਿਰ ਪਾਪੀਆਂ ਨੂੰ ਰੱਬ ਦੀ ਦਰਗਾਹ 'ਚ ਢੋਈ ਨਹੀਂ ਮਿਲਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਾਧਨੇ ਨੇ ਬਚਨ ਸੁਣੇ, ਸੰਗਤ ਨਾਲ ਮੋਹ ਪੈ ਗਿਆ, ਪਰ ਕਰਮ ਜਿਹੜਾ ਮਿਲਿਆ ਸੀ ਮਾਂ ਬਾਪ ਤੋਂ ਬੱਕਰੇ ਵੱਢਣੇ, ਉਹ ਛੱਡ ਨਹੀਂ ਸੀ ਸਕਦਾ, ਪਰ ਬਿਰਤੀ ਧਰਮ ਵਾਲੇ ਪਾਸੇ ਜੁੜ ਗਈ। ਰੱਬ ਦੇ ਭੈ 'ਚ ਰਹਿਣਾ, ਜਦੋਂ ਵੀ ਕਿਸੇ ਜੀਵ ਨੂੰ ਵੱਢਦਾ, ਇਹਨੂੰ ਦਇਆ ਆਉਣ ਲੱਗ ਗਈ, ਤਰਸ ਆਉਣ ਲੱਗ ਗਿਆ। ਚੱਲਦਿਆਂ ਚੱਲਦਿਆਂ ਇਹਨੂੰ ਕਿਤੋਂ ਸਾਲ ਗ੍ਰਾਮ ਮਿਲ ਗਿਆ। ਸਾਲ ਗ੍ਰਾਮ ਇੱਕ ਹੈ ਤਾਂ ਪੱਥਰ ਕਾਲੇ ਰੰਗ ਦਾ, ਜਿਹਦੀ ਹਿੰਦੂ ਵੀਰ ਪੂਜਾ ਕਰਦੇ ਆ, ਇਹਨੂੰ ਸਾਲ ਗ੍ਰਾਮ ਪੱਥਰ ਮਿਲ ਗਿਆ। ਉਹਦੇ ਨਾਲ ਪਿਆਰੇ ਉਹ ਮਾਸ ਤੋਲਦਾ ਹੈ ਅਤੇ ਉਸੇ ਦੀ ਹੀ ਪੂਜਾ ਕਰਦਾ, ਜਿਵੇਂ ਆਮ ਦੇਖੀਦਾ ਨਾ, ਦੁਕਾਨਦਾਰ ਵੱਟਿਆਂ ਨੂੰ ਧੂਪ ਬੱਤੀ ਵੀ ਕਰਨਗੇ, ਉਸੇ ਨਾਲ ਹੀ ਰਸਤ ਬਸਤ ਸੌਦਾ ਤੋਲਦੇ ਹੈ। ਇਸੇ ਤਰ੍ਹਾਂ ਸਾਧਨਾ ਸਾਲ ਗ੍ਰਾਮ ਦੇ ਨਾਲ ਨਾਲੇ ਤਾਂ ਮਾਸ ਤੋਲਦਾ, ਉਸੇ ਨੂੰ ਧੂਪ ਬੱਤੀ ਕਰਦਾ ਗੁਰਮੁਖੋਂ। ਪਰ ਊਂ ਚੰਗਾ ਹੀ ਮੰਨੋ, ਭਾਵੇਂ ਕਸਾਈ ਸੀ, ਧੂਫ ਬੱਤੀ ਤਾਂ ਕਰਦਾ ਸੀ। ਇੱਥੇ ਆਪਾਂ ਧਰਮੀ ਹਾਂ, ਬੁਰਾ ਤਾਂ ਮਨਾਇਓ ਨਾ, ਕਈ ਸਾਡੇ ਵਰਗੇ ਪ੍ਰਚਾਰ ਕੀ ਕਹਿਣਗੇ, ਕੀ ਲੋੜ ਹੈ ਗੁਰਦੁਆਰੇ ਜੋਤ ਲਾਉਣ ਦੀ, ਕੀ ਲੋੜ ਹੈ ਧੂਫ ਲਾਉਣ ਦੀ। ਪਰ ਇੱਥੇ ਬੇਨਤੀ ਕਰਨੀ ਚਾਹੁੰਦਾ ਗੁਰਮੁਖੋ, ਇਹ ਮਰਿਆਦਾ ਕਿਸੇ ਬੰਦੇ ਦੀ ਨਹੀਂ ਬਣਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਵੇਲੇ ਤੋਂ ਲਾ ਕੇ ਜਾਂ ਉਦੋਂ ਪਹਿਲਾਂ ਵੀ ਧਰਮ ਸਥਾਨਾਂ ਦੇ ਇਹ ਕਾਰਜ ਹੁੰਦੇ ਆਏ। ਹਰਿਮੰਦਰ ਸਾਹਿਬ ਚੱਲ ਕੇ ਵੇਖੋ, ਸਦਾ ਜੋਤ ਜਗਦੀ ਰਹਿੰਦੀ ਹੈ। ਹਜ਼ੂਰ ਸਾਹਿਬ ਚੱਲ ਕੇ ਵੇਖੋ, ਸਦਾ ਜੋਤ ਜਗਦੀ ਰਹਿੰਦੀ ਹੈ। ਪਟਨਾ ਸਾਹਿਬ ਚੱਲ ਕੇ ਵੇਖੋ, ਸਦਾ ਜੋਤ ਜਗਦੀ ਰਹਿੰਦੀ ਹੈ। ਅਤੇ ਕਈਆਂ ਨੇ ਜ਼ੋਰ ਲਾਇਆ ਹੋਇਆ ਗੁਰੂ ਘਰ ਦੀਆਂ ਜੋਤਾਂ ਬੁਝਾਉਣ 'ਤੇ, ਕਹਿੰਦੇ ਕੀ ਲੋੜ ਹੈ ਘਿਓ ਫੂਕਣ ਦੀ। ਜੇ ਜੋਤਾਂ ਦੇ ਘਿਓ ਫੂਕਣ ਨਾਲ ਤੁਹਾਨੂੰ ਘਾਟਾ ਪੈਣ ਲੱਗ ਗਿਆ, ਫਿਰ ਵਾਧਾ ਕਿੱਥੇ ਹੋਊਗਾ। ਜੇ ਇੱਦਾਂ ਦਾ ਕੁਛ ਕਰਨਾ ਹੈ ਨਾ ਭਾਈ, ਜਦੋਂ ਖੁਸ਼ੀਆਂ ਦੇ ਸਮੇਂ ਵਾਧੂ ਦਾ ਨਸ਼ਾ ਚੱਲਦਾ ਹੈ, ਉਦੋਂ ਸੰਕੋਚ ਕਰਿਆ ਕਰੋ। ਜਦੋਂ ਕਿਸੇ ਧੀ ਦੇ ਬਾਪ ਨੂੰ ਜਾ ਕੇ ਕਹਿੰਦੇ ਹੋ ਵੀ ਇੰਨੇ ਲੱਖ ਚਾਹੀਦਾ, ਫਿਰ ਤਾਂ ਤੁਹਾਡੀ ਧੀ ਨੂੰ ਲੈ ਜਾਂਗੇ, ਨਹੀਂ ਰਹੂਗੀ ਪੇਕੇ,
उदों सोचिया करो भी ये पाप है, यह जे कम्मां तो हटना है। आ गुरु घर ते शंके छड़ दिओ प्यारिओ, साडी तां इही बेनती है। धर्म दे कम वारी तां कहणगे घाटे पैंदे ने, ते जिहड़े होर कम्मां च बेलोड़ा खर्चा हुंदा है उहदे वल कोई ख्याल नहीं करदा गुरमुखो। सो इन्हां चीज़ां ते वल ध्यान देना है जे बदला करना है। आपां नूं की हक है गुरमुखो, जिन्हें मर्यादा बनाई उन्होंने तो गुरमुखो सारा सारा परिवार धर्म लेखे लाया है। गुरु ग्रंथ साहब दे लड़ सानू गुरु गोबिंद सिंह ला के गए, थानू पता है गुरु नानक तो लैके गुरु ग्रंथ साहब तक जदों भी गुरता गद्दी दिती गई, पंज पैसे एक नारियल मत्था टेकते रहे। आखो सतनाम श्री वाहिगुरू। ते हुण कई कहिंदे नारियल दी भी की लोड़ है, जपजी साहब रखण दी की लोड़ है कहिंदे। प्यारिओ इह मर्यादा आपां नूं बदलण दा कोई हक नहीं, क्योंकि जिन्हां ने बनाई उन्हां ने सारा सरबंश भेटा कीता देश कौम दी खातर, तां मर्यादा बनाई है। ओडी कोई कुरबानी करे उसे नूं ही बदलण दा हक है गुरमुखो। जे बदल सकदे ने तां फिर गुरु साहब भी बदल सकदे आ। आखो सतनाम श्री वाहिगुरू। सो ये बेनतियां तां करदा भी टुटो ना, कई गल्लां करके सानू धर्म तो तोड़िया जा रहा। घरां दे विच भी गुरु साहिबानां दीआं वध तो वध तस्वीरां लाओ, गुरबाणी दे गुटके धर्म दे इतिहासक ग्रंथ रखो, धूप बत्ती टाइम नाल करिया करो तां कि जदों उस कमरे विच जाओ तुहानू रब दी याद आवे। महाराज कहिंदे गुर मेरा संग सदा है नाले। जिवें धूप बत्ती वाला कमरा आपां सोचदे आ ना भी सुचे हथ जाइए, गुरु घर हथ मूँह धो के जाइए, माड़ा कर्म नहीं करना, सिर ढक के जाना है, इदा महाराज कहिंदे गुरु साहब सदा ही तेरे अंग संग ने। हर वेले सुचता ते पवित्रता जरूर रखनी है, कुछ ख्याल करना इस बेनती वल, टुटो ना। साधना कसाई सी, बकरे वढ़दा सी, फिर भी गुरमुखो धूप बत्ती जरूर करदा है। इस गल की चर्चा होगी आले दुआले, कई साधु संत आउंदे आके कहना भी सदने आ जेड़े पत्थर नाल तू मास तोलदा ना ये साल ग्राम है, ये पूजन योग है। साधना जी कहिंदे भी मैनू तां पता नहीं, मैनू मिल गया नाले मैं अपना कम लैना नाले पूजा करदा। एक महात्मा आए कहिंदे भी तैनू होर पत्थर दे दिंदे आ, बट्टा ही चाहिदा होर लै लै ये मैनू दे दे। साधना जी कहिंदे जी थोड़ी मर्जी तुसी लजाना लै जाओ। महात्मा दा वचन मन के वह पत्थर महात्मा नूं देता साल ग्राम गुरमुख। हुण साधना तां अपना काम करन लग गया ते साधु महात्मा ने साल ग्राम नूं लिया के कुटिया दे विच पहला कच्ची लस्सी नाल इशनान कराया, धूप बत्ती कीती, आरती कीती, फुल चढ़ाए। पर जदों महात्मा जी रात नूं सौंगे ना गुरमुखो पै गए भजन करके, इहनू कहिंदे दृष्टांत दिसिया साल ग्राम छाती ते बह जा करे। कहिंदे महात्मा जी तुसी मैनू लै तां आए पर मेरा इत्थे जी नहीं लगदा, मेरा तां साधने नाल मोह पै गया। आखो सतनाम श्री वाहिगुरू। भावें उह कसाई है बकरे वढ़दा है पर उहदे मन विच हर वेले रब दा भय चलदा है। ते इत्थे कई खिमा करियो किसी नूं कानू कहना अपने ते ला लीए, मेरे वर्गा भावें गुरु साहब दी गोद च ही बैठा होवे पर रब दा भय तां किसी नूं ही हुंदा। गुरमुखो असीं रब दा भय छड्ड गए तां ही गुनाह हुंदे आ, वी इत्थे किहड़ा कोई वेखदा है। देखो दुनिया तो तां छुपा लांगे पर जदों रब दी चक्की चलनी है ना उदों फिर रत्ती रत्ती दा हिसाब लिया जांदा है भाई, वो तो नहीं छुपाया जा सकदा। हुण साधु संत महात्मा नूं आवाज़ आई, महात्मा जी मेरा इत्थे जी नहीं लगदा, मैनू तां साधने कोल ही छड्ड के आओ। हुण महात्मा ने दो क दिन तां पूजा कीती, तीजे दिन साल ग्राम नूं लै के साधने नूं ही दे आए वापस। कहिंदे लै वी ये तेरे रखण जोगी है। प्यारे हो इस तरह समा लंघदा गया,
साधना कसाई रब रब करदा है। एक दिन की होया, शाम का टाइम, इहदा कोई मित्र आ गया, शाहूकार सी तकड़ा, कहिंदा भी मास लैके जाना है। साधना कहिंदा भी जिहड़ा बकरा मैं सवेरे वढ़िया सी ओह तां हुण विक गया पूरा, हुण पै चुकी है रात, जे मैं बकरा वढूं कल तक वह खराब होजू, बेहा होजू, किसी ने लैना नहीं। ते जेड़ा आया सी शाहूकार मास लैन, वो सदने दा जानू सी, मित्र सी, वो कहिंदा भी मेरे तां रिश्तेदार आए आ, मैं मास जरूर चाहीदा, किलो दो किलो मैनू दे। सदना उन्हूं मोड़ना भी नहीं सी चाहुंदा, ते उन्हें फिर ब्यौंत बनाई, कहिंदा भी मैं बकरे दा एक अंग कट के तैनू दे दिना। गुरु दरबार विच बैठे आपां सोभा नहीं पाउंदे, कहिंदा भी एक अंग कट के मैं तैनू दे दिना। छुरी लैके जदों होया गुरमुखो बकरे दे नेड़े, ते उदों फिर कहिंदे इहनूं आवाज़ आई, बकरा पहलां तां रोया, सदने वल वेख के ना अखां चों पानी सिटे, फिर उच्ची उच्ची नच्चण कुद्दण लग गया, खुश हो गया बकरा। ये भी ख्याल रखियो, जदों बकरा रोया ते हसया सी ना, ये अपने पंजाब विच ही है जगह, फतेहगढ़ साहब जाने हो ना सरहंद, उन्हू प्राणी सरहंद आख्या जाता है। उत्थे भगत साधने की याद विच एक बहुत वड्डी मसीत बनी हुई है, उत्थे होया सी ये वाकया गुरमुख। हुण जदों बकरा रोया फिर हसया, साधने ने ध्यान नाल तकिया ते इहनू आवाज आई भी साधने आ, बड़ी वारी मैं तैनू वड्या है, बड़ी वारी तैं मैनू वड्या है, ये तां कर्म दा लेखा जोखा कर्म बन चुका सी, तू मैनू वढ़दा रहा, मैं तैनू वढ़दा रहा, पर अज जिहड़ी तू रीत चलाउण लगा ना, मेरे गुप्त अंग कट के देण लगा भी बाकी मैं कल नू वढ़ लूंगा, ये तू नवी रीत तोरदा, ये संसार तो बारी गल है। आखो सतनाम श्री वाहिगुरु। ये नवी भाजी चढ़ाउण लगा, अज तक तो हो गया सी हिसाब किताब पूरा, जदों आ गल सदने ने सुनी, उत्थे ही छुरियां सिटतियां गुरमुखो। शाहूकार मित्र नूं कहिंदा चले जाओ, जिथों मर्जी लो ना लो मास, अज मैनू हो गया ज्ञान, जिहे जे कर्म बंदा करदा है उहे जा फल भोगना पैंदा है, मेरा हिसाब किताब हो गया सी पूरा, मैं अज तो बाद बकरे नहीं बढ़ने। आखो सतनाम श्री वाहिगुरु। देखो प्यारियो, कसाई हुंदे होए ने भी ज्ञान ले लिया, कसाई हुंदे होए ने भी ज्ञान लिया, बकरे वढ़ने छड के भगती वल लग गया। आखो सतनाम श्री वाहिगुरु। इहने रब दा भजन करना, कई फिर दूजे पासे वाले भी हुंदे आ, कहिंदे लै सौ चूहा खा के बिल्ली हुण हज नूं चली है, अपने नाल भी हुंदा, जदों किते चंगा काम करोगे रोकण वाले बहुत मिलणगे, दिक्कतां पैणगियां। ते साधने नाल भी होया, कई कहा करन हुण तक बकरे वढ़दा रहा, लै हुण वड्डा भगत बन गया इह, पर उत्थे साधने ने कहना कि जो मर्जी कह लो, पहला तो नहीं सी ज्ञान गल वक्खरी, पर हुण ज्ञान हो गया, हुण रब दी भगती नहीं छड्डनी। आपां नूं भी गुरबाणी विच दस्या, कबीर साहब कहिंदे ने भगत ना छड्डो राम की भावें निंदो लोग, कहिंदे प्यारे आ भावें निंदिया करे जग सारा, भगती ना छड्डो रब दी भावें निंदिया करे जग सारा, भगती ना छड्डो रब दी निंदिया करे जग सारा, भगती ना छड्डो रब दी भावें निंदिया करे जग सारा, भगती ना छड्डो रब दी निंदिया करे जग सारा, भगती ना छड्डो रब दी भावें निंदिया करे जग सारा, भगती ना छड्डो रब दी प्यारे ओ, भगती ना छड्डो रब दी
प्यारो भगती ना छो रब दी प्यारो भगती ना छो रब दी प्यारो भगती ना छो रब दी प्यारो भगती ना छो रब दी प्यारो भगती ना छो रब दी भावें निंदे आ करे जग सारा भगती ना छो रब दी भावें निंदे आ करे जग सारा भगती ना छो रब दी भावें निंदे आ करे जग सारा भगती ना छो रब दी भावें निंदे आ करे जग सारा भगती ना छो रब दी सदने ने गुरमुखो रब दा नाम जपना शुरू करता भजन करन लग गया ते भजन करदा करदा अपना इलाका छड़ के बड़ी दूर निकल आया गुरमुख। हुण तां देखो भारत अड हो गया पाकिस्तान अड हो गया उदो कट्ठा ही हुंदा सी सारा दूर दूर तक जांदा है भजन करदा है ते एक जगह ते जाके कहिंदे सदने नूं रात पैगी किसे गृहस्थी दे घर रात कट्टण वास्ते रह पिया कहिंदा नाले तां रात कट लांगे नाले भोजन छक लांगे। इहने जाके खड़काया दरवाजा ते उस घर दे विच पति पत्नी रहिंदे सी। हुण इत्थे थोड़ा जिहा ध्यान देना खास करके बीबियां ने सदने नाल की होया जदों दरवाजा खड़काया ना ਉਹ ਘਰ ਦੇ ਵਿੱਚੋਂ ਬੀਬੀ ਬਾਹਰ ਆਈ 22-23 ਸਾਲ ਦੀ ਉਮਰ ਨੌਜਵਾਨ ਪੂਰੀ ਦਰਵਾਜ਼ਾ ਖੋਲ੍ਹਿਆ ਸਦਨਾ ਜੀ ਕਹਿੰਦੇ ਬੇਟੀ ਸਾਧੂ ਸੰਤਾਂ ਤੁਰਿਆ ਆਉਂਦਾ ਸੀ ਮੈਂ ਭੋਜਨ ਛਕਣਾ ਭੁੱਖ ਲੱਗੀ ਹੈ। ਇਹ ਕਹਿੰਦੀ ਜੀ ਆ ਜਾਓ ਅੰਦਰ ਬਿਠਾ ਲਿਆ ਪਲੰਘਾ ਡਾਹਤਾ ਪਲੰਘੇ 'ਤੇ ਸਦਨਾ ਜੀ ਬਹਿ ਗਏ ਚਾਦਰ ਵਿਛਾਤੀ ठंडा सीत जल छकाया पुछया भी महात्मा जी केड़े थां तों आए सदने ने सारा कुछ दसता कहिंदा मैं वढ़दा हुंदा सी बकरे पर मैनू हुण ज्ञान हो गया मैं परमात्मा दा भजन करदा अज तुरिया जांदा सी रात पै गई रात कट्टणी है। वह कहिंदी जी आओ जियां बैठो जल पानी छकाया ते इस बीबी दे घर वाला भी कोल आके बह गया बड़ी श्रद्धा नाल सेवा कीती प्रशादा छकाता पर कहिंदे जिस घर विच साधना जी रुके बाल बच्चा उन्हां दे कोई नहीं सी पति पत्नी दो सी बीबी दी उम्र तां 22-23 साल ते जिहनूं उह व्याही उह वाहवा उम्र दा सी वड्डी उम्र दा बजुर्ग हुण इन्हां दी आपस विच बणदी नहीं सी ते जेड़े घर विच साधना रुकिया बीबी दे मन विच बेईमानी आ गई आखो सतना जल पानी छकाया भोजन प्रशादा छकाया ते गुरमुख प्यारे गल्लां बातां करदी रही। हुण साधने नूं की पता सी वी इहदे मन च की चलदा है ओ रब दा भगत पर जदों 9-10 बजे रात दे मंजे दे कोले आके बह गई पक्खी झलण लग गई साधना कहिंदा बीबी हुण पै जा जे पक्खी झलणी आ अपने घर वाले नूं झल उहदी सेवा कर। फिर उत्थे बोल उठी बीबी उह बुरा तां मनायो ना गल सच्ची है कईआं ने इस तरह हुण भी घर पट्टे ने कथा सुनो इहनूं सुण के अपने मन नूं समझाउणा है वी जे गलत है किते गलती असीं तां नहीं कर रहे। हुणे बीबी पक्खा झलण लग गई साधने नूं आ के भगत नूं ऐसी रब दे भगत कहिंदे जे सेवा करनी है तेरा पति परमेश्वर घर पिया है उहदी कर लै कहिंदी ओह बुढ़ा हैगा मेरे माँ प्यो ने मेरी शादी इहदे नाल करती मेरा तां पहले ही मन नहीं सी कहिंदी इह बीमारी दा खाधा बुढ़ा मैं इह तों की लैणा कहिंदी डरना मैं तेरे नाल हाँ तू मेरे नाल रल जा। साधना कहिंदा बीबी पति दे हुंदिया होया इदां दे कर्म करने सोभ दे नहीं हैगे
ਇਹ ਉੱਠ ਕੇ ਚਲੀ ਗਈ। ਹੁਣ ਸਦਨੇ ਨੂੰ ਤਾਂ ਇਹ ਸੀ ਵੀ ਚਲੀ ਗਈ, ਪਰ ਗਈ ਗੁਰਮੁਖੋ ਜਾ ਕੇ ਆਪਣੇ ਘਰ ਵਾਲੇ ਦਾ ਗਲ ਵੱਢਤਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਘਰ ਵਾਲੇ ਦਾ ਗਲ ਵੱਢ ਕੇ ਸਦਨੇ ਕੋਲੇ ਸਿਰ ਲਿਆਈ। ਕਹਿੰਦੀ ਮਹਾਤਮਾ ਡਰਨ ਦੀ ਲੋੜ ਨਹੀਂ, ਮੈਨੂੰ ਪਤਾ ਲੱਗ ਗਿਆ ਅੱਗੇ ਪਿੱਛੇ ਤੇਰੇ ਵੀ ਕੋਈ ਨਹੀਂ, ਤੇਰੇ ਨਾਲ ਸੰਤਨੀ ਬਣ ਕੇ ਰਹਿ ਲੂੰਗੀ, ਜਿੱਥੇ ਜਾਏਗਾ ਨਾਲ ਚੱਲੂੰਗੀ, ਮੇਰਾ ਤੇਰੇ 'ਤੇ ਆ ਗਿਆ ਮਨ, ਤੈਨੂੰ ਡਰ ਸੀ ਮੇਰੇ ਘਰ ਵਾਲੇ ਦਾ, ਆਹ ਲੈ ਮੈਂ ਆਪਣੇ ਘਰ ਵਾਲਾ ਮਾਰਤਾ। ਇੱਥੇ ਹੀ ਹੁਣ ਬੇਨਤੀ ਕਰਦੇ ਹਾਂ, ਹੁਣ ਸਮਾਂ ਕਲਯੁੱਗ ਦਾ ਹੈ ਅਤੇ ਕਰਮ ਜ਼ਿਆਦਾਤਰ ਆਹੀ ਹੋਣ ਲੱਗ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਤੁਸੀਂ ਖਿਆਲ ਰੱਖਿਓ, ਮੈਂ ਵੀ ਵਿੱਚੋਂ ਹੀ ਹਾਂ, ਬੀਬੀਆਂ ਵੀ ਬੈਠੀਆਂ, ਭਾਈ ਵੀ ਬੈਠੇ ਨੇ, ਸਦਨੇ ਦੀ ਗੱਲ ਯਾਦ ਰੱਖਣੀ ਹੈ। ਸਦਨਾ ਕਹਿੰਦਾ ਹੇ ਪਾਪਣ ਨੱਠ ਜਾ ਇੱਥੋਂ, ਤੂੰ ਜ਼ਹਿਰ ਦੀ ਗੰਦਲ ਹੈ, ਵਿਸ ਦੀ ਗੰਦਲ ਹੈ, ਜਿਹਦੇ ਨਾਲ ਚਾਰ ਲਾਵਾਂ ਲਈਆਂ, ਮਾਂ ਪਿਓ ਨੇ ਵਿਆਹ ਕੇ ਤੋਰੀ, ਘਰ ਬਾਰ ਉਹਦੇ ਕਰਕੇ ਮਿਲਿਆ, ਜਦੋਂ ਤੂੰ ਉਹਦੀ ਨਹੀਂ ਬਣੀ ਤੂੰ ਮੇਰੀ ਕਿੱਥੋਂ ਬਣੇਗੀ। ਅੱਜ ਮੈਨੂੰ ਵੇਖ ਕੇ ਤੂੰ ਆਪਣੇ ਸਿਰ ਦਾ ਸਾਈਂ ਮਾਰਤਾ, ਕੱਲ੍ਹ ਨੂੰ ਕੋਈ ਹੋਰ ਮਿਲ ਗਿਆ ਤੂੰ ਭਲਾ ਮੇਰੇ ਨਾਲ ਵੀ ਨਹੀਂ ਕਰਨਾ, ਨੱਠ ਜਾ ਇੱਥੋਂ, ਤੇਰੇ ਵਰਗੀ ਪਾਪਣ ਨੂੰ ਤਾਂ ਮੱਥੇ ਲਾਉਣਾ ਵੀ ਮਾੜਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪਿਆਰਿਓ ਖਿਆਲ ਕਰਨਾ, ਗੁਰਬਾਣੀ ਵਿੱਚ ਲਿਖਿਆ ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਹੈ ਰਾਜਾਨ। ਸਤਿਕਾਰ ਵੀ ਬੀਬੀਆਂ ਨੂੰ ਬੜਾ ਦਿੱਤਾ ਹੈ, ਪਰ ਇਹ ਸਤਿਕਾਰ ਦੇ ਸ਼ਬਦ ਉਹਨਾਂ ਲਈ ਵਰਤੇ ਜਾਂਦੇ ਆ ਜਿਨ੍ਹਾਂ ਨੇ ਆ ਕੇ ਸੰਸਾਰ 'ਚ ਭਲਾ ਕੀਤਾ ਹੋਵੇ। ਇਹੋ ਜਿਹੇ ਕਰਮ ਨਾ ਕਰੋ, ਮਾਂ ਪਿਓ ਨੂੰ, ਰਿਸ਼ਤੇਦਾਰਾਂ ਨੂੰ, ਭੈਣ ਭਾਈਆਂ ਨੂੰ ਮੂੰਹ ਦਿਖਾਉਣਾ ਔਖਾ ਹੋ ਜੇ। ਇਹ ਬੇਨਤੀਆਂ ਮੈਂ ਤਾਂ ਕਰਦਾ, ਅੱਜ ਕੱਲ੍ਹ ਦੇਖੀਦਾ ਘਰਾਂ ਦੇ ਵਿੱਚ ਮਾਪੇ ਧੀ ਹੈ ਚਾਹੇ ਪੁੱਤ ਹੈ ਉਹਨੂੰ ਪੜ੍ਹਾਉਂਦੇ ਨੇ ਲਿਖਾਉਂਦੇ ਨੇ, ਦਿਹਾੜੀਦਾਰ ਬੰਦਾ ਵੀ ਸੋਚਦਾ ਚਾਹੇ ਦਿਹਾੜੀ ਕਰਨੀ ਪੈ ਜੇ ਮੇਰੇ ਜਵਾਕ ਪੜ੍ਹ ਜਾਣ, ਸੋਚਦੇ ਹਾਂ ਨਾ ਆਪਾਂ ਸਾਰੇ। ਜਦੋਂ ਨੂੰ ਬੱਚੇ ਹੁੰਦੇ ਨੇ ਜਵਾਨ, ਮਾਂ ਪਿਓ ਨੂੰ ਆਸ ਹੁੰਦੀ ਹੈ ਵੀ ਕਬੀਲਦਾਰੀ ਦਾ ਕੁਛ ਸਾਡਾ ਬੋਝ ਹਲਕਾ ਹੋਊ, ਕਈ ਫਿਰ ਮਾਂ ਪਿਓ ਦੀ ਦਿੱਤੀ ਸਿੱਖਿਆ, ਗੁਰੂਆਂ ਪੀਰਾਂ ਦੀ ਦਿੱਤੀ ਸਿੱਖਿਆ ਭੁਲਾ ਕੇ ਗਲਤ ਰਾਹਾਂ 'ਤੇ ਤੁਰ ਪੈਂਦੇ ਆ। ਇਹ ਗੱਲਾਂ ਆਮ ਹੁੰਦੀਆਂ ਤੁਹਾਡੇ ਸਾਹਮਣੇ, ਕੋਈ ਸ਼ਰਮ ਵਾਲੀ ਗੱਲ ਨਹੀਂ। ਕੋਈ ਲੜਕਾ ਲੜਕੀ ਆਪਸ ਵਿੱਚ ਲੜ ਪੈਂਦੇ ਹੈ ਅਤੇ ਅੱਕ ਕੇ ਜ਼ਹਿਰ ਖਾ ਜਾਂਦੇ ਹੈ, ਮਾਂ ਪਿਓ ਦਾ ਵਢੇਪਾ ਰੋਲ ਦਿੰਦੇ ਹੈ, ਅਤੇ ਕਈ ਕਰਮ ਇਹੋ ਜਿਹੇ ਕਰਦੇ ਨੇ ਮਾਪਿਆਂ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਛੱਡਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨਾਂ ਕਰਮਾਂ ਤੋਂ ਬਚਣਾ ਗੁਰਮੁਖੋ, ਅਤੇ ਮਾੜੇ ਕਰਮਾਂ ਦੇ ਨਤੀਜੇ ਵੀ ਮਾੜੇ ਹੀ ਹੁੰਦੇ ਹੈ। ਇਹ ਇਕੱਲਾ ਹੁਣ ਨਹੀਂ ਕੰਮ ਚੱਲਿਆ, ਪਹਿਲਾਂ ਵੀ ਚੱਲਦਾ ਸੀ। ਰਾਮ ਚੰਦਰ ਜੀ ਦਾ ਵਿਆਹ ਹੋਇਆ ਸੀਤਾ ਦੇ ਨਾਲ, ਅਤੇ ਸੀਤਾ ਮਾਤਾ ਜੀ ਨੂੰ ਕਹਿ ਕੇ ਹਿੰਦੂ ਵੀਰ ਪੂਜਦੇ ਹੈ, ਉਹਦੀ ਆਪਣੀ ਸ਼ਰਤ ਸੀ ਵੀ ਜਿਹੜਾ ਆਹ ਧਨੁਸ਼ ਬਾਣ ਨੂੰ ਚੱਕੂ ਮੈਂ ਉਹਦੇ ਨਾਲ ਸ਼ਾਦੀ ਕਰਾਊਂ। ਉਹਨੂੰ ਕਿਹਾ ਸੀ ਸੀਤਾ ਸਵੰਬਰ, ਦਰੋਪਦੀ ਦੀ ਵੀ ਇੱਦਾਂ ਹੀ ਸ਼ਰਤ ਰੱਖੀ ਸੀ ਵੀ ਜਿਹੜਾ ਮੱਛੀ ਦੀ ਅੱਖ ਵਿੱਚ ਤੀਰ ਮਾਰੂ ਪਾਣੀ 'ਚ ਦੇਖ ਕੇ ਮੈਂ ਉਹਦੇ ਨਾਲ ਸ਼ਾਦੀ ਕਰਾਊਂ। ਚਲੋ ਉਹਨਾਂ ਦੀਆਂ ਸ਼ਰਤਾਂ ਵੀ ਪੂਰੀਆਂ ਹੋ ਗਈਆਂ, ਪਰ ਜੀਵਨ ਪੜ੍ਹ ਕੇ ਦੇਖ ਲਿਓ ਜ਼ਿੰਦਗੀਆਂ ਦੋਨਾਂ ਦੀਆਂ ਰੁਲੀਆਂ ਹੀ ਨੇ। ਸਾਰੀ ਜ਼ਿੰਦਗੀ ਰੋਣਿਆ ਕਰਲਾਉਣਿਆਂ 'ਚ ਲੰਘੀ, ਪਰਿਵਾਰ ਰੁਲ ਗਏ, ਬੱਚੇ ਰੁਲ ਗਏ, ਤਾਂ ਰਿਸ਼ੀ ਮੁਨੀ ਮੂਹਰੇ ਆਏ ਸੀ ਵੀ ਇਹ ਜਿਹੜਾ ਆਪੇ ਵਿਆਹ ਕਰਵਾਉਣਾ ਆਪਣੀ ਮਰਜ਼ੀ ਨਾਲ, ਇਹਦੇ ਨਾਲ ਪਰਿਵਾਰ ਰੁਲਦਾ, ਬੱਚੇ ਰੁਲਦੇ ਨੇ। ਮਾਪਿਆਂ ਨੂੰ ਚਾਹੀਦਾ ਯੋਗ ਲੜਕਾ ਲੜਕੀ ਵੇਖ ਕੇ ਉਹਨਾਂ ਦਾ ਵਿਆਹ ਸ਼ਾਦੀ ਕਰਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤਾਂ ਗੁਰਮੁਖੋ ਇਹ ਮਰਿਆਦਾ ਬਣੀ ਸੀ, ਅਤੇ ਜਿਹੜੇ ਤਾਂ ਰਹਿੰਦੇ ਆ ਮਾਂ ਪਿਓ ਦੇ ਕਹਿਣੇ 'ਚ, ਉਹਨਾਂ ਦਾ ਤਾਂ ਅਦਬ ਸਤਿਕਾਰ ਵੀ ਹੁੰਦਾ, ਦੁੱਖ ਸੁੱਖ ਵਿੱਚ ਵੀ ਭੈਣ ਭਾਈ ਆਉਂਦੇ ਆ, ਅਤੇ ਜਿਹੜੇ ਮਾਂ ਪਿਓ ਦੇ ਕਹਿਣੇ 'ਚੋਂ ਬਾਹਰ ਹੋ ਜਾਣ, ਜ਼ਿਆਦਾਤਰ ਤਾਂ ਗੁਰਮੁਖੋ ਰੁਲਦੇ ਹੀ ਦੇਖੇ ਹੈ। ਹੁਣ ਸਦਨੇ ਨਾਲ ਇਸੇ ਤਰ੍ਹਾਂ ਹੋਇਆ, ਕਹਿੰਦਾ ਨੱਠ ਜਾ ਇੱਥੋਂ, ਜਦੋਂ ਤੂੰ ਆਪਣੇ ਘਰ ਵਾਲੇ ਦੀ ਨਹੀਂ ਬਣੀ ਉਹਨੂੰ ਮਾਰਤਾ, ਮੈਨੂੰ ਕੀ ਬਖਸ਼ੇਂਗੀ। ਸਦਨਾ ਕਹਿੰਦਾ ਨੱਠ ਜਾ। ਸਦਨਾ ਜੀ ਕਹਿੰਦੇ ਮੈਂ ਨਹੀਂ ਰਹਿਣਾ ਇਸ ਘਰ ਵਿੱਚ। ਜਦੋਂ ਉੱਠ ਕੇ ਸਦਨਾ ਜੀ ਤੁਰਨ ਲੱਗੇ, ਫਿਰ ਉਸ ਪਾਪਣ ਨੇ ਕਹਿੰਦੇ ਰੌਲਾ ਪਾਤਾ, ਉੱਚੀ ਉੱਚੀ ਲੱਗ ਗਈ ਰੌਲਾ ਪਾਉਣ। ਕਹਿੰਦੀ ਮੇਰੇ ਘਰ ਵਾਲੇ ਨੂੰ ਮਾਰ ਕੇ ਤੂੰ ਮੇਰੀ ਇੱਜ਼ਤ ਲੁੱਟਣੀ ਚਾਹੁੰਦਾ, ਲੋਕੋ ਮੈਂ ਲੁੱਟੀ ਗਈ, ਮੈਂ ਵਿਧਵਾ ਹੋ ਗਈ, ਆਹ ਬਣਿਆ ਫਿਰਦਾ ਸੰਤ ਇਹਨੇ ਮੇਰੇ ਘਰ ਵਾਲਾ ਮਾਰਤਾ, ਨਾਲੇ ਤਾਂ ਰੋਟੀ ਪਾਣੀ ਖਾਧਾ, ਨਾਲੇ ਹੁਣ ਮੇਰੀ ਇੱਜ਼ਤ ਲੁੱਟਣੀ ਚਾਹੁੰਦਾ। ਆਂਢੀ ਗੁਆਂਢੀ ਉੱਠ ਖੜ੍ਹੇ। ਹੁਣ ਉਦੋਂ ਫਿਰ ਕਹਿੰਦੇ ਸਦਨੇ ਦੀ ਨਹੀਂ ਸੁਣੀ ਕਿਸੇ ਨੇ ਗੁਰਮੁਖੋ, ਇਹਨੂੰ ਫੜ ਲਿਆ,
कुटिया मारिया भी जाके राजे दे पेश करता। राजे नू दसती गल कहिंदे संत जी आए सी नाले तां प्रशादा पानी छकिया नाले इहदे घर वाले नू मार के दी इज्जत लुटना चाहुंदे सी। हालांकि गल इदां दी कोई नहीं सी ते राजे ने भी कोई ना सुनी सदने दी सीधा ही हुक्म देता कहिंदा भी इहदे हथ वढ के छड्ड दिओ ये सारी जिंदगी पछताउंदा रवे आखो सतनाम श्री वाहिगुरु इहनू मारो ना कहिंदा जे मर गया तां कम मुकजू इहदे हथ वढ के छड्डो ये सारी जिंदगी पछतावे नाले दूजिआं नू दसे। ते सदना जी ने कुछ ना कहा कहिंदा देखी जाऊ जो रब दी मौज है। कहिंदा बीबी कसूर तेरा नहीं ये मेरे ही कोई कर्म दा फल है जेड़े मैं वड वड जीवां नू मारिआ आखो सतनाम श्री वाहिगुरु। आखर बदियां वाले बंदे नू पछताउ नहीं पैंदा है आखर बदियां वाले बंदे नू पछताउ नहीं पैंदा है आखर बदियां वाले बंदे नू पछताउ नहीं पैंदा है आखर बदियां वाले बंदे नू पछताउ नहीं पैंदा है आखर बदियां वाले बंदे नू पछताउ नहीं पैंदा है आखर बदियां वाले बंदे नू पछताउ नहीं पैंदा है ऋषियां मुनियां देवतानू भी फल पाउ नहीं पैंदा है ऋषियां मुनियां देवतानू भी फल पाउ नहीं पैंदा है ऋषियां मुनियां देवतानू भी फल पाउ नहीं पैंदा है ऋषियां मुनियां देवतानू भी फल पाउ नहीं पैंदा है आखर बदियां वाले बंदे नू पछताउ नहीं पैंदा है आखर बदियां वाले बंदे नू पछताउ नहीं पैंदा है याद रखियो गलती तां इस बीबी ने कीती। सदना जी कहिंदे माड़े कर्मां वालिआं नूं तां पछताउणा ही पैंदा है आखो सतनाम श्री वाहिगुरु। हुण सदने दे हथ वढ के छड्डता जिउंदा सदने ने गुरमुख प्यारिओ किसे नूं कोई उलांभा नहीं दित्ता। उदों फिर रब नूं बेनतियां कीतियां लो ख्याल करना भगत सदना जी ने रब मूहरे बेनतियां कीतियां कहिंदा सच्चे पातशाह मेरी लज्जा रखो मैं पाप कोई नहीं कीता पर दोष तां मैनू लग गया। राग बिलावल दे विच बाणी सदने की बिलावल राग दे विच 858 अंग ते शब्द दर्ज है गुरु ग्रंथ साहिब दे चरणां च। उहने बेनती कीती सी कहिंदा सच्चे पातशाह निरपकन्या के कारने एक भया भेख धारी कामा रथी स्वार्थी बाकी पैज सवारी। हुण रब दी गल सुन लो विश्वास किदां चाहीदा। सदना जी कहिंदे परमात्मा मैं सुणिआ किसे राजे दी कन्या ने शर्त रखी सी मैं विष्णु नाल शादी करवाउणी है ते कोई नौजवान लड़का विष्णु दा रूप धार के आ गया सी कहिंदा मैं विष्णु हाँ व्याह हो गया राजे दी लड़की नाल रहण लग गया काम दे वस होया वा। एक बारी शहर नूं लग गई अग ते राजे कोले लोग आए कहिंदे राजा जी तुहाडा दामाद है विष्णु उहनू कहो मीह पवावे। ते राजा कहिंदा कोई नहीं आपां कहिंदे आ। राजे ने अपनी लड़की नूं कहा लड़की ने घर वाले नूं कहा उह तां हुण विष्णु भगवान समझदी सी कहिंदी मीह पवाओ अग बुझे। इहनू हुण पता सी वी मैं किहड़ा विष्णु आ फाहा लै के लगा मरन भी अज मेरा भेत खुलूगा। कहिंदे उदों विष्णु जी प्रगट हो गए कहिंदे तेरा मूर्ख दा तां कुछ नहीं जाना लाज मैनू लगू आखो सतनाम श्री वाहिगुरु। मरना कहिंदे मीह पै जूगा फिर मीह पै गया अग बुझ गई
ਇਹ ਕਥਾ ਸਦਨੇ ਨੇ ਫਿਰ ਯਾਦ ਕੀਤੀ ਵੀ ਪਰਮਾਤਮਾ ਮੈਂ ਤਾਂ ਤੇਰਾ ਭਗਤ ਹਾਂ, ਪਰ ਤੂੰ ਦੇਖ ਇੱਕ ਕਾਮ ਦੇ ਵਸ ਹੋਏ ਭੇਖ ਧਾਰੀ ਦੀ ਵੀ ਲੱਜਾ ਰੱਖੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਹੁਣ ਮੇਰੀ ਵੀ ਲਾਜ ਰੱਖ, ਤਵ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ। ਕਹਿੰਦੇ ਪਰਮਾਤਮਾ ਤੇਰੀ ਭਗਤੀ ਕਰਨ ਦਾ ਕੀ ਫਾਇਦਾ ਜੇ ਸਾਡੇ ਕਰਮ ਨਹੀਂ ਨਸਣੇ, ਫਿਰ ਜੇ ਮਾੜੇ ਕਰਮ ਖਤਮ ਹੀ ਨਹੀਂ ਹੋ ਸਕਦੇ ਫਿਰ ਤੇਰੀ ਭਗਤੀ ਦਾ ਕੀ ਫਾਇਦਾ। ਸਿੰਘ ਸ਼ਰਨ ਕੱਤ ਜਾਈ ਹੈ ਜੋ ਜੰਬਕ ਗ੍ਰਾਸੈ। ਕਹਿੰਦੇ ਸ਼ੇਰ ਦੀ ਸ਼ਰਨ ਵਿੱਚ ਗਿਆਨ ਦਾ ਫਿਰ ਸਾਨੂੰ ਕੀ ਫਾਇਦਾ ਜੇ ਗਿੱਦੜਾਂ ਨੇ ਧਮਕੀਆਂ ਦੇਈ ਜਾਣੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੁਣ ਖਿਆਲ ਰੱਖਿਓ, ਅੱਜ ਵੀ ਕਈ ਪ੍ਰਚਾਰਕ ਕਹਿੰਦੇ ਨੇ ਵੀ ਨਾਮ ਜਪਣ ਨਾਲ ਭਲਾ ਨਹੀਂ ਹੋਣਾ ਜੀ, ਕਰਮ ਚੰਗੇ ਕਰੋ। ਚਲੋ ਚੰਗੀ ਗੱਲ ਹੈ, ਕਰਮ ਤਾਂ ਸਾਰੇ ਕਹਿੰਦੇ ਆ ਵੀ ਚੰਗੇ ਕਰੋ। ਮਹਾਰਾਜ ਨੇ ਵੀ ਲਿਖਿਆ ਚੰਗੇ ਆਈਆਂ ਬੁਰੇ ਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਪਰ ਇਹ ਨਹੀਂ ਹੋ ਸਕਦਾ ਵੀ ਨਾਮ ਜਪਣ ਨਾਲ ਮਾੜੇ ਕਰਮ ਖਤਮ ਨਾ ਹੋਣ। ਗੁਰਮੁਖੋ ਹੁੰਦੇ ਨੇ ਭਗਤ ਸਾਧਨਾ ਜੀ ਕਹਿੰਦੇ ਪਰਮਾਤਮਾ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਕੀ ਫਾਇਦਾ ਜੇ ਗਿੱਦੜਾਂ ਤੋਂ ਹੀ ਡਰੀ ਜਾਣਾ, ਕੌਣ ਜਾਊਗਾ ਫਿਰ। ਕਹਿੰਦੇ ਕਿਰਪਾ ਕਰੋ ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੈ, ਪ੍ਰਾਨ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ। ਕਹਿੰਦੇ ਜੇ ਇੱਕ ਪਾਣੀ ਦੀ ਬੂੰਦ ਨੂੰ ਪਪੀਹਾ ਤਾਂ ਮਰ ਜੇ ਤਰਸਦਾ ਪਿਆਸਾ, ਮਗਰੋਂ ਉਹਨੂੰ ਚੁੱਕ ਕੇ ਕੋਈ ਸਾਗਰ ਵਿੱਚ ਸਿੱਟੀ ਜਾਵੇ ਫਿਰ ਉਹਨੂੰ ਕੀ ਫਾਇਦਾ। ਇਸੇ ਤਰ੍ਹਾਂ ਮਾਲਕਾ ਪ੍ਰਾਨ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ। ਕਹਿੰਦੇ ਹੁਣ ਮੇਰਾ ਜੀਵਨ ਹੈ ਜਿਹੜਾ ਇਹ ਤਾਂ ਬੀਤਦਾ ਜਾ ਰਿਹਾ, ਮੈਨੂੰ ਤਾਂ ਕੋਈ ਆਸਰਾ ਨਹੀਂ ਤੁਹਾਡੇ ਤੋਂ ਬਿਨਾਂ। ਕਿਹੜਾ ਮੇਰੀ ਧੀਰਜ ਬਣਾਵੇ, ਕਿਹੜਾ ਮੈਨੂੰ ਸਹਾਰਾ ਦੇਵੇ। ਬੂਡ ਮੋਏ ਨੌਕਾ ਮਿਲੈ ਕਹੋ ਕਾਹੇ ਚੜਾਵੋ। ਕਹਿੰਦੇ ਜੇਕਰ ਮੈਂ ਡੁੱਬ ਕੇ ਹੀ ਮਰ ਗਿਆ ਬਾਅਦ ਵਿੱਚ ਕਿਸ਼ਤੀ ਮਿਲੀ ਦਾ ਕੀ ਫਾਇਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਨਾਹੀਂ ਕਿਸ਼ ਹੋ ਨਾਹੀਂ ਕਿਸ਼ ਆਹੇ ਨਾ ਮੋਰਾ। ਪਰਮਾਤਮਾ ਮੈਂ ਕੁਛ ਨਹੀਂ ਹੈ, ਨਾ ਮੈਂ ਕੁਛ ਕਰ ਰਿਹਾ, ਜੋ ਹੋ ਰਿਹਾ ਤੇਰੇ ਭਾਣੇ 'ਚ ਹੋ ਰਿਹਾ। ਇੱਥੇ ਮੇਰਾ ਤਾਂ ਕੁਛ ਨਹੀਂ, ਬਸ ਤੇਰੇ ਅੱਗੇ ਬੇਨਤੀ ਹੈ ਔਸਰ ਲੱਜਾ ਰਾਖ ਲੇਹੋ ਸਾਧਨਾ ਜਨ ਤੋਰਾ। ਮਾਲਕਾ ਅਸੀਂ ਹੁਣ ਤੇਰੇ ਬਣ ਗਏ, ਤੂੰ ਹੀ ਸਾਡੀ ਲੱਜਾ ਰੱਖਣੀ ਹੈ। ਆਖੋ ਸਤਨਾਮ ਵਾਹਿਗੁਰੂ। ਆਪਾਂ ਵੀ ਸਾਰੀ ਸੰਗਤ ਮਾਲਕ ਦੇ ਚਰਨਾਂ 'ਚ ਬੈਠੇ ਹਾਂ, ਸਾਰੇ ਬੋਲਿਓ ਬੇਨਤੀ ਕਰਿਓ ਸੱਚੇ ਪਾਤਸ਼ਾਹ ਅਸੀਂ ਹਾਂ ਕਲਯੁਗੀ ਜੀਵ, ਭੁੱਲਾਂ ਚੁੱਕਾਂ ਬਹੁਤ ਹੁੰਦੀਆਂ, ਆਪ ਜੀ ਦੀ ਸ਼ਰਨ ਵਿੱਚ ਆਏ ਹਾਂ, ਤੁਸੀਂ ਸਾਡੇ ਔਗਣਾਂ ਨੂੰ ਨਾ ਚਤਾਰਦੇ ਹੋਏ ਸਭਨਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲਓ ਸਾਰੀ ਸੰਗਤ ਕਰਿਓ ਬੇਨਤੀ, ਜੱਗ ਸੜਦਾ ਬਲਦਾ ਜੀ ਰੱਖ ਲਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਓ ਆਪਣਾ ਨਾਮ ਜਪਾ ਕੇ, ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਜਪਾ ਕੇ, ਜੱਗ ਸੜਦਾ ਬਲਦਾ ਜੀ ਰੱਖ ਲਿਓ ਆਪਣਾ ਨਾਮ ਜਪਾ ਕੇ। ਇਸ ਤਰ੍ਹਾਂ ਬੇਨਤੀਆਂ ਮਾਲਕ ਦੇ ਚਰਨਾਂ 'ਚ ਕਰਦੇ ਹੀ ਰਹਿਣਾ ਵੀ ਮਾਲਕਾ ਲੱਜਾ ਰੱਖੋ ਪੱਤ ਰੱਖੋ। ਹੁਣ ਸਾਧਨੇ ਨੇ ਵੀ ਜਦੋਂ ਪਰਮਾਤਮਾ ਅੱਗੇ ਬੇਨਤੀ ਕੀਤੀ, ਕਹਿੰਦੇ ਨੇ ਫਿਰ ਰਾਜੇ ਨੂੰ ਦ੍ਰਿਸ਼ਟਾਂਤ ਦਿਸਿਆ, ਸਾਰਾ ਹਾਲ ਰਾਜੇ ਨੂੰ ਦਿਸ ਗਿਆ। ਇੱਕ ਕਹਿੰਦੇ ਜਿਹੜੀ ਬੀਬੀ ਨੇ ਸਾਧਨੇ 'ਤੇ ਦੋਸ਼ ਲਾਇਆ ਸੀ ਉਹ ਕਿਤੇ ਗੁਆਂਢਣ ਕੋਲ ਗੱਲ ਕਰ ਬੈਠੀ ਵੀ ਇਸ ਤਰ੍ਹਾਂ ਕਰਕੇ ਫਿਰ ਮੈਂ ਐਂ ਕੀਤੀ ਜਦੋਂ ਮੇਰੇ ਆਖੇ ਨਾਲ ਲੱਗਿਆ। ਉਹਦੇ ਅੰਦਰ ਵੀ ਪਰਮਾਤਮਾ ਨੇ ਕੋਈ ਗਿਆਨ ਦੀ ਜੋਤ ਜਗਾਈ,
उन्हें आले दुआले दसता भी वह रब दे भगत नूं तां जाण के दोष लाया इहदे पति नूं इहने आप ही मारिया आखो सतनाम श्री वाहिगुरु। यह गल हौली हौली राजे कोले पहुंच गई, उधर वो राजे नूं दृष्टांत दिस गया। फिर राजे ने गुरमुख प्यारियो उस मंद करमन औरत नूं परजा दे सामने कहिंदे कुत्तियां दे मूहरे सिटता दही सिड़क के ते कुत्तियां तो पड़वाया सी आखो सतनाम श्री वाहिगुरु। हुण माड़े कर्म दा फल उहनूं भी भोगना पिया। भगत साधना जी की सच दे करके जित होगी। जिन्ना समा भगत साधना जी ज्योए उन्ना समा गुरमुखो परमात्मा का भजन किया, रब की भगती दे नाल आप जुड़े रहे ते होरना नू जोड़ दे रहे आखो सतनाम श्री वाहिगुरु। सरहंद किते जाओ ना, फतेहगढ़ साहब जी नू आपां कहने आ, पंजाब दे विच ही है अपने, जाने आने दर्शन करन तुसी। उत्थे एक पुरानी सरहंद वजदी है, ढाई तीन किल्यां च मसीत बनी हुई है, जिथे भगत साधने जी ने फिर अंतम श्वास लए, उन्हां दी याद हुण भी कायम है। उत्थे बहुत समा उन्हां ने गुजारिया। सो देखो भाई, इस तरह भगत साधना जी मालक नूं भा गए, उन्हां दी सच्चाई दे करके, उन्हां दे रब दे उत्ते सिदक भरोसे करके गुरु अर्जन देव महाराज ने उन्हां नूं भी अपने बराबर बिठाया। इहदा भाव पता की लैणा, इत्थे कर्म नहीं देखे जांदे। जे तू पिछे मान लो गलतियां भी कर बैठा, जिंदगी विच सौ तरह के उतरा चढ़ा आउंदे ने, भुल्लां चुक्कां हुंदियां, हुण तो जदों तो तैनूं ज्ञान मिल गया उदों तो माड़े काम छड़ के चंगे पासे तुर पा, रब दा भजन करिया कर। जे दुख भी आउण तां रब नूं उलांभा नहीं देना, ये समझ ली भी मेरा ही कोई पिछे माड़ा कर्म किया आखो सतनाम श्री वाहिगुरु। जाने अनजाने जेडे पाप किए है उन्हां दा फल मिल रहा, क्योंकि रब केड़ा बैरी है गुरमुखो। रब ने तो जिदे तो सानू जन्म दिता ना, आपो अपने मना च झाती मारे हो, सारे ब्रह्म ज्ञानी पैदा किते। कहिंदे नहीं भी बच्चा रब दा रूप है, ये तो ज्यों ज्यों माड़ी संगत नाल वाह पैंदा जांदा है त्यों त्यों मन विच बुरे ख्याल आउंदे जांदे। जिंदगी एक वेल दी तरह है गुरमुखो, वेल जे तां रड़े मैदान च होवे फिर तां आपस विच ही उलझी रहिंदी है, जे वेल होवे खूह दे नेड़े फिर खूह च उतर जांदी है, जे वेल होवे दरख्त दे नेड़े कंध दे नेड़े फिर उच्ची चढ़ जांदी है। इस तरह साडा जीवन है, जे तां गुरमुखो माड़िया नाल वाह पै गया फिर तां इह नहीं पता भी नरकां दे खूह च जा डिगी है। ते जे कोई चंगा पुरश मिल गया उहदे नाल संगत करन करके जीवन उच्चा हो जांदा है आखो सतनाम श्री वाहिगुरु। ते जे चंगा भी ना मिले माड़ा भी ना मिले फिर बंदा अपने परिवार च ही उलझिया रहिंदा है बस। पर मेरी तो यह बेनती है भी संगत करनी पैंदी है, ते संगत चंगियां दी करो गुरमुखो, जिहदे करके साडे विच जिहड़े गुण ने उहनां दी असीं कदर करिए। परमात्मा ने हरेक इनसान नूं कोई ना कोई गुण देता है, किसे नूं घर बनाउण दा गुण देता, किन्नी दुनिया दे मिस्त्रियां ने सोहणे सोहणे घर बनाते पिंड सोहणा लगण लग जांदा है ना। गुरमुख प्यारिओ किसे नूं कपड़े सिउण दा गुण दिता है, कपड़ा तां उही हुंदा है चंगा दर्जी ढंग तरीके नाल सिउंदे बंदा ही सोहणा लगण लग जांदा है, उह वी इक गुण है। किसे नूं कथा कीर्तन दा गुण देता, किसे नूं खेतीबाड़ी दा गुण देता, किसे नूं मशीनरी बनाउण दा गुण दिता है, ये गुण दिते ने रब ने, इन्हां गुणां दी कदर करो गुरमुखो। ये ना होवे भी माड़ी जी गल तो रुस के कोई आत्महत्या कर ले, कोई फाहा लेके मर गया, कोई जहरीली दवाई खा गया, ये कादा मरना है गुरमुखो। जे शरीर दिता है परमात्मा ने तुहाडे विच भी कोई ना कोई गुण जरूर पाया है, पर उन्हां गुणां दी पछाण तां आऊगी, गुणां दी कदर तां पऊगी जे असीं गुण देण वाले दाते नूं याद रखांगे आखो सतनाम श्री वाहिगुरु। जिहड़ी कुदरत आपां कहिंदे आ ना, गुरबाणी विच लिखिआ आपी ना आप साजिओ, आपी ना रचिओ नाओ, दूई कुदरत साजी है कर आसन डिठो चाओ। कहिंदे सब तो पहला परमात्मा ने अपना आप बनाया, फिर परमात्मा दा नाम बनिआ, फिर कहिंदे उहने आ कुदरत दी साजना कीती। कई कहिंदे कुदरती रब है, कुदरत रब नहीं हैगी, रब होर चीज़ है, उहदी साजी होई है कुदरत। जिवें हुण तुसीं घर बनाउंदे हो,
घर का मालक तो होर हुंदा ना, गुरमुख प्यारिओ ना तो मालक नूं घर से कह सकते हैं ना घर नूं कह सकते हैं भी यही सब कुछ है। देखो मालक होर है, उहदी बनाई हुई चीज़ होर है। इस तरह जिन्ना भी संसार आपां देखदे आं इह परमात्मा ने साजे है, हर बंदे नूं कोई ना कोई गुण भी दिता है, उन्हां गुणां दी कदर करो भाई। चाहे कोई मर्द है चाहे कोई औरत है, हरेक नूं चाहीदा परमात्मा दा भजन करो ता कि तुहाडे शरीर दी तुहाडे गुणा दी तुहाडे कीते होए कम धंदे दी कदर पै जाए। ते साडी कदर गुरु नाल है, जे असीं गुरु नूं भुल गए परमात्मा दा भजन करना भुल गए धर्म कमाउणा भुल गए फिर जिन्ना मर्जी कमा लो हंडा लो खा लो किते भी कदर नहीं पैनी। आखो सतनाम श्री वाहिगुरु। साडी कदर भाई गुरु दे नाल है, जेड़े सतगुर दे चरणी लागे उन्हां दा सत्कार हुंदा,